सरपंची चोणां दौरान पिंड खुड्डा दे विच गोली चलती है ते उसनूं लै के लगातार ही प्रदर्शन जिहड़े कीते जा रहे ने क्योंकि पुलिस प्रशासन है जिहड़ा ओह कारवाई करदा होया नहीं नजर आंदा ते अज महाराणी परनीत कौर दे नाल जयबीबा जयेंद्र कौर जिहड़े हैगे ने ओह प्रदर्शन करदे होए नजर आ रहे ने सड़कां दे उपर उतर चुके ने। तस्वीरां मैं तुहानूं विखा रहा कि महाराणी परनीत कौर खुद जिहड़े हैगे धरने दे उपर बैठे हुए नजर आ रहे ने। जयबीबा जिहड़े हैगे ने ओह खुद भुख हड़ताल दे उपर बैठे हुए ने क्योंकि जिहड़ा हैगा कि उन्हां नूं कोई आश्वासन नहीं दिता जा रहा पुलिस प्रशासन वालों क्योंकि गोली जिहड़ी चली हैगी परिवार ਜਿਹੜਾ ਮੈਂਬਰ ਆ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਤੇ ਮੌਤ ਦੀ ਜਿਹੜੀ ਲੜਾਈ ਲੜ ਰਿਹਾ ਮਹਾਰਾਣੀ ਪਰਨੀਤ ਕੌਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣ। ਮੈਮ ਲਗਾਤਾਰ ਹੀ ਪ੍ਰਦਰਸ਼ਨ ਚੱਲ ਰਿਹਾ ਹੈਗਾ ਪਰ ਪੁਲਿਸ ਪ੍ਰਸ਼ਾਸਨ ਕੋਈ ਰਾਹ ਨਹੀਂ ਦੇ ਰਹੀ ਹੈਗੀ। ਇਹਨਾਂ ਦਾ ਦੇਖੋ ਇਹੀ ਇਹਨਾਂ ਦਾ ਹਾਲ ਹੈ ਕਿ ਆਪਣੇ ਨਾਗਰਿਕਾਂ ਦਾ ਇਹ ਸੁਰੱਖਿਆ ਨਹੀਂ ਰੱਖ ਸਕਦੇ ਤਾਂ ਇਹ ਤਾਂ ਲਾਣਤ ਹੈ ਕਿ ਇਹ ਛੋਟੀ ਜਿਹੀ ਗੱਲ ਦੇ ਪਿੱਛੇ ਵੀ ਆ ਹੁਣ ਇੰਨੇ ਪੁਲਿਸ ਵਾਲੇ ਇੱਥੇ ਖੜੇ ਕਰਤੇ। ਅਸੀਂ ਤਾਂ ਆਰਾਮ ਨਾਲ ਬੈਠੇ ਸਾਡੀ ਸੰਖਿਆ ਵੀ ਨਹੀਂ ਇੰਨੀ ਪਿੰਡ ਦੀਆਂ ਲੇਡੀਜ਼ ਹੀ ਨੇ ਔਰ ਸਾਡੀਆਂ ਤੋਂ ਕੁਝ ਤਾਂ ਇੰਨੇ ਬੰਦੇ ਉਹਨਾਂ ਨੂੰ ਜਾ ਕੇ ਫੜ ਹੀ ਲੈਣ। ਕਾਰਨ ਕੀ ਲੱਗਦਾ ਕਿ ਕੋਈ ਰਾਜਨੀਤਿਕ ਦਬਾਅ ਲੱਗ ਰਿਹਾ ਕਿ ਤਾਂ ਕਰਕੇ ਬਿਲਕੁਲ ਰਾਜਨੀਤਿਕ ਦਬਾਅ ਹੀ ਹੋਊਗਾ ਤਾਂ ਹੀ ਹੋ ਰਿਹਾ। ਉਹਦੇ ਬਿਨਾਂ ਪੁਲਿਸ ਇੰਨੀ ਨਿਕੰਮੀ ਹੈ ਕਿ ਇਹਨਾਂ ਨੂੰ ਫੜ ਨਹੀਂ ਸਕਦੀ। ਹਾਂ ਦੇਖਿਆ ਕਿ ਪੁਲਿਸ ਜਿਹੜਾ ਪ੍ਰਸ਼ਾਸਨ ਉਹਨਾਂ ਬ੍ਰਦਰ ਵੀ ਜਿਹੜਾ ਹੈਗਾ ਜਿਹਨਾਂ ਦਾ ਉਹ ਵੀ ਮੌਜੂਦ ਹੈ ਵੀਰ ਜੀ ਕੀ ਗੱਲ ਇਨਸਾਫ ਹਜੇ ਤੱਕ ਨਹੀਂ ਮਿਲ ਰਿਹਾ ਕਾਫੀ ਦਿਨ ਹੋ ਗਏ ਸਰਪੰਚੀ ਚੋਣਾਂ ਨੂੰ ਗੋਲੀ ਚੱਲੇ ਨੂੰ ਵੀ। ਸਰ ਅੱਜ 15 ਤਰੀਕ ਦੀ ਗੋਲੀ ਚੱਲੀ ਹੈ ਅੱਜ ਦੇਖੋ 15 ਦਿਨ ਹੋ ਗਏ ਨੇ ਇੱਕ ਵੀ ਬੰਦਾ ਇਹਨਾਂ ਨੇ ਅਰੈਸਟ ਨਹੀਂ ਕਰਿਆ। ਬੰਦੇ ਪਿੰਡ ਸ਼ਰਿਆਮ ਘੁੰਮ ਰਹੇ ਨੇ ਪੁਲਿਸ ਪ੍ਰਸ਼ਾਸਨ ਕੁਝ ਵੀ 1 ਰੁਪਏ ਦਾ ਉਹਨਾਂ ਨੇ ਐਕਸ਼ਨ ਨਹੀਂ ਕਰਿਆ ਹੈਗਾ। ਹਾਰ ਕੇ ਸਾਨੂੰ ਥੱਕ ਹਾਰ ਕੇ ਇੱਥੇ ਸਾਨੂੰ ਇਹ ਧਰਨਾ ਲੈਣਾ ਪਿਆ। ਕਾਰਨ ਕਿਸਦਾ ਲੱਗਦਾ ਕਿ ਕੋਈ ਰਾਜਨੀਤਿਕ ਦਬਾਅ ਲੱਗ ਰਿਹਾ ਕਿ ਤਾਂ ਕਰਕੇ ਜਿਹੜਾ ਇਹ ਤਾਂ ਆਮ ਪਤਾ ਸਭ ਨੂੰ ਲੱਗ ਹੀ ਰਿਹਾ ਰਾਜਨੀਤਿਕ ਦਬਾਅ ਤੇ ਜਿਹੜੀ ਉਹਦੇ ਕਰਕੇ ਨਹੀਂ ਇਹ ਕੁਝ ਵੀ ਨਾ ਕੋਈ ਐਫ ਆਰ ਆਈ ਦਰਜ ਹੋਈ ਨਾ ਕੋਈ ਪਰਚਾ ਇਹਨਾਂ ਨੇ ਕਰਿਆ। ਤੁਹਾਡਾ ਜਿਹੜਾ ਬ੍ਰਦਰ ਆ ਉਹ ਖਤਰੇ ਤੋਂ ਬਾਹਰ? ਨਹੀਂ ਸਰ ਉਹ ਤਾਂ ਉਹਦਾ ਪੇਟ ਜਿੱਥੋਂ ਗੋਲੀ ਲੱਗੀ ਉਹਨਾਂ ਸਾਰਾ ਪੇਟ ਫਟਾ ਪਿਆ। ਉਸ ਤੋਂ ਬਾਅਦ ਉਹਦੇ ਅੰਦਰ ਇਨਫੈਕਸ਼ਨ ਹੋ ਗਈ ਰੋਜ਼ 1 ਸਰਾਣਾ ਬਲੱਡ ਦਾ ਭਰ ਜਾਂਦਾ। ਹਜੇ ਤੱਕ ਉਹਨਾਂ ਦਾ ਜੋ ਆਪਰੇਸ਼ਨ ਉਹਨਾਂ ਨੇ ਖੋਲਿਆ ਪਿਆ ਹਜੇ ਤੱਕ ਬੰਦ ਨਹੀਂ ਹੋਇਆ। ਪ੍ਰਸ਼ਾਸਨਿਕ ਅਧਿਕਾਰੀ ਹੁਣ ਆਇਆ ਮਿਲਣ ਵਾਸਤੇ ਕੋਈ ਗੱਲਬਾਤ ਕੋਈ? ਨਾ ਜੀ ਕੋਈ ਵੀ ਅਧਿਕਾਰੀ ਸਾਡੇ ਹੱਥ ਤੱਕ 15 ਦਿਨ ਕੋਈ ਵੀ ਅਧਿਕਾਰੀ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ। ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਹਜੇ ਤੱਕ ਨਹੀਂ। ਮੈਮ ਪ੍ਰਸ਼ਾਸਨਿਕ ਅਧਿਕਾਰੀ ਹੁਣ ਤੁਹਾਨੂੰ ਮਿਲਣ ਵਾਸਤੇ ਪਹੁੰਚੇ ਸੀ, ਕੀ ਗੱਲਬਾਤ ਹੋਈ? ਕਹਿੰਦੇ ਜੀ ਮੈਮੋਰੈਂਡਮ ਦਿਓ। ਮੈਮੋਰੈਂਡਮ ਕਿਸ ਦਾ ਦੇਈਏ? ਸਾਰਾ ਕੁਝ ਤਾਂ ਦਰਜ ਕੀਤਾ ਹੈ, ਸਭ ਕੁਝ ਇਹਨਾਂ ਨੂੰ ਪਤਾ ਹੈ ਕਿ ਕਿਸ ਲਈ ਬੈਠੇ ਹੈ। ਤਾਂ ਕਹਿੰਦੇ ਫਿਰ ਮੈਂ ਕਿਹਾ ਦੇਖੋ ਤੁਸੀਂ ਸਾਨੂੰ ਵਿਸ਼ਵਾਸ ਦਿਲਾਓ ਕਿ ਕਿੰਨੀ ਦੇਰ ਦੇ ਵਿੱਚ ਤੁਸੀਂ ਕਰਦੇ ਆ। ਕਹਿੰਦੇ ਜੀ ਅਸੀਂ ਫਿਰ ਟੈਲੀਫੋਨ ਕਰਕੇ ਪੁੱਛਦੇ ਹਾਂ। ਮੈਂ ਕਿਹਾ ਜਿੰਨੀ ਦੇਰ ਸਾਨੂੰ ਪੱਕਾ ਵਿਸ਼ਵਾਸ ਨਾ ਹੋ ਕਿ ਹਾਂ, ਸਾਨੂੰ ਟਾਈਮ ਬਾਉਂਡ ਦੱਸੋ ਕਿ ਕਦ ਫੜੋਗੇ ਉਹਨਾਂ ਬੰਦਿਆਂ ਨੂੰ, ਤਦ ਤੱਕ ਅਸੀਂ ਬੈਠੇ। ਮੈਮ ਜੈਵੀਬਾ ਵੀ ਬੈਠੇ ਨੇ ਇੱਥੇ ਸਾਡੇ ਨਾਲ। ਮੈਮ ਹੁਣ ਵੀ ਪੁਲਿਸ ਦੇ ਨਾਲ ਤੁਹਾਡੀ ਬਹਿਸ ਵਸਾਈ ਹੋਈ ਹੈ ਕਿ ਹਾਂ ਵੀ ਇੱਥੇ ਬੈਠਣ ਨੂੰ ਵੀ ਰੋਕਿਆ ਜਾ ਰਿਹਾ ਸੀ? ਹਾਂਜੀ, ਸਵੇਰੇ ਰੋਕਿਆ ਜਾ ਰਿਹਾ ਸੀਗਾ। ਕਹਿੰਦੇ ਉਧਰ ਪਿੱਛੇ ਜਾ ਕੇ ਬੈਠੋ। ਅਸੀਂ ਕਿਹਾ ਕਿਉਂ, ਸਾਡਾ ਰਾਈਟ ਨਹੀਂ ਹੈ, ਡੈਮੋਕਰੇਸੀ ਹੈ, ਜਿੱਥੇ ਅਸੀਂ ਬੈਠਣਾ ਚਾਹੁੰਦੇ ਹਾਂ ਉੱਥੇ ਬੈਠਾਂਗੇ। ਅੰਦਰ ਤਾਂ ਸਾਨੂੰ ਜਾਣ ਨਹੀਂ ਦਿੱਤਾ, ਅਸੀਂ ਇੱਥੇ ਆ ਕੇ ਬੈਠ ਗਏ। ਹੁਣ ਕਦੋਂ ਤੱਕ ਜਿਹੜਾ ਜਾਮ ਤੁਸੀਂ ਲਗਾ ਕੇ ਰੱਖੋਗੇ, ਇਸ ਨੂੰ ਰੋਡ ਨੂੰ ਜਾਮ ਰੱਖੋਗੇ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮਿਲਣ ਵਾਸਤੇ ਪਹੁੰਚ ਰਹੇ? ਆਏ ਸੀਗੇ ਹੁਣੇ, ਕਹਿੰਦੇ ਮੰਗ ਪੱਤਰ ਤੋਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਪੁੱਛੋ ਇਹਨਾਂ ਨੂੰ ਕਿੰਨੇ ਕਿੰਨਾ ਸਾਰਾ ਸਮਝਾਇਆ ਉਹਨਾਂ ਨੂੰ, ਸਾਰਾ ਪ੍ਰੂਫ ਹੈਗਾ ਉਹਨਾਂ ਕੋਲ। ਔਰ ਉਸੇ ਬਾਵਜੂਦ ਆ ਕੇ ਕਹਿ ਰਹੇ ਨੇ ਮੰਗ ਪੱਤਰ ਤੋਂ, ਹੈਰਾਨ ਵਾਲੀ ਗੱਲ ਹੈ। ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਮਹਾਰਾਣੀ ਪਰਨੀਤ ਕੌਰ ਖੁਦ ਜਿਹੜੇ ਕਿ ਧਰਨੇ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਰਹੇ ਨੇ ਕਿ ਜਿਹੜੇ ਮਿਲਣ ਵਾਸਤੇ ਪਹੁੰਚੇ ਨੇ ਪਰ ਕੋਈ ਵੀ ਇਹਨਾਂ ਨਾਲ ਸੁਣਵਾਈ ਨਹੀਂ ਕਰ ਰਿਹਾ, ਇਸ ਕਰਕੇ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਜਿਹੜਾ ਕਰਿਆ ਜਾ ਰਿਹਾ ਹੈ, ਮੁਰਦਾਬਾਦ ਦੇ ਜਿਹੜੇ ਨਾਅਰੇਬਾਜ਼ੀ ਕਰੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੀਜੇਪੀ ਲੀਡਰਸ਼ਿਪ ਸਾਰੀ ਇੱਥੇ ਪਹੁੰਚੇ, ਪਰ ਜੇ ਇੱਥੇ ਪਹੁੰਚੇ ਹੋਏ ਲਗਾਤਾਰ ਹੀ ਪ੍ਰਦਰਸ਼ਨ ਕਰਿਆ ਜਾ ਰਿਹਾ ਹੈਗਾ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈਗੀ। ਤੁਸੀਂ ਦੇਖੋ ਸਵੇਰ ਤੋਂ 10 ਵਜੇ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਸਾਡੇ ਮਹਿਲਾ ਮੋਰਚਾ ਦੇ ਅਧਿਅਕਸ਼ ਬੀਬਾ ਜੈਇੰਦਰ ਕੌਰ ਜੀ, ਮਹਾਰਾਣੀ ਪਰਨੀਤ ਕੌਰ ਜੀ, ਪਰ ਪ੍ਰਸ਼ਾਸਨ ਤੇ ਕੋਈ ਜੂ ਨਹੀਂ ਰੜਕ ਰਹੀ। ਪਰ ਜਿਹੜਾ ਇਹ ਭੁੱਖ ਹੜਤਾਲ ਹੈ ਇਹਨੂੰ ਹੁਣ ਜਿਵੇਂ ਇੱਕ ਪਾਸਾ ਬੰਦ ਕੀਤਾ ਹੋਇਆ ਤਾਂ ਦੂਜਾ ਪਾਸਾ ਵੀ ਇਹ ਬੰਦ ਕੀਤਾ ਜਾਊਗਾ, ਕਿਉਂਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਪੀੜਿਤ ਦਾ ਪਰਿਵਾਰ ਉਰੇ ਬੈਠਾ ਹੈ, ਜਿਹੜੇ ਲੋਕ ਆ ਸਰੇਆਮ ਬਾਹਰ ਘੁੰਮ ਰਹੇ ਨੇ ਇਸ ਚੀਜ਼ ਦਾ ਧਿਆਨ, ਸਾਰੀ ਪੁਲਿਸ ਨੂੰ ਨੌਲੇਜ ਇਸ ਗੱਲ ਦੀ, ਫਿਰ ਵੀ ਕੁਛ ਨਹੀਂ ਹੋ ਰਿਹਾ ਤਾਂ ਜਿਹੜਾ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਕੀ ਕਰ ਰਹੇ ਹੈ, ਜਿਹੜੀ ਕਾਨੂੰਨ ਵਿਵਸਥਾ ਕਿੱਥੇ ਜਾ ਰਹੀ ਹੈ, ਇਹ ਚੀਜ਼ ਦਾ ਧਿਆਨ ਰੱਖਦੇ ਹੋਏ SSP ਸਾਹਿਬ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੇ ਕਿਊਜ਼ ਬਾਹਰ ਘੁੰਮ ਰਹੇ ਨੇ
मुरजिम बाहर घूम रहे उन्होंने फड़िया जाए। बिल्कुल, बीजेपी की सीनियर लीडरशिप सारी जी धरने बैठी हुई नजर आ रही है। महाराणी परनीत कौर जैवी भाई भी पहुंचे हुए हैं इतने, तो पुलिस ना बहस बसाई होंगी है कि पुलिस वालों भी इतने जरा बैठन तो रोके जा रहा है, पर वो इतने ही उन्होंने कहना कि असं इतने ही बैठा जब तक प्रशासन कोई सुनवाई नहीं करता। हूँ प्रशासन वालों की इंतजाम ने की गलबात करते हैं, हूँ देखने वाली गल होगी कि इन्होंने इंसाफ मिलता है या फिर इतों की धरना खत्म होता है। पटियाला तो कैमरा मैन संदीप के नाल कुलविंदर कुमार की रिपोर्ट। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।